सब्सक्राइब बटन से क्लिक करो ते बैल आइकन से क्लिक करना ना भूलो ट्रू मैन दी खबर सब तो पहला देखने लिए प्रधान जी पता कितने चावले की कोठी के बिलकुल खाली जमीन है रेलवे लाइन के ना पहला शमशान घाट है ना उसके नाल थोड़ा अगे जाके नहर भी आ गई क्रॉस भी आ गया रेलवे लाइन जो क्रॉस जाता है ना वही पॉइंट है ना ਚਾਰ ਮੈਂਬਰ ਚੱਲਿਓ ਉੱਥੇ ਮੌਕਾ ਦੇਖੋ ਜਿਹੜੇ ਬੰਦੇ ਰੋਕਣਗੇ ਜਦੋਂ ਆਪਣਾ ਬਜ਼ੁਰਗ ਉੱਥੇ ਜਾਂ ਜਿਹੜੇ ਵੀ ਆਪਣੀ ਕਮਿਊਨਿਟੀ ਦੇ ਲੋਕ ਦੱਬੇ ਹੋਏ ਆ ਉਹ ਫਿਰ ਸ਼ਮਸ਼ਾਨ ਭੂਮੀ ਹੋਈ ਹੈ ਕੋਈ ਕਿਉਂ ਰੋਕੂਗਾ ਉੱਥੇ ਰੋਕਦੇ ਵੀ ਆ ਸਾਹਿਬ ਜੀ ਦੇ ਹੋਰਾਂ 'ਚ ਉਹ ਨਾ ਉੱਥੇ ਜਗ੍ਹਾ ਹੁਣ ਵੀ ਉਧਰ ਵੀ ਆਪਾਂ ਦੂਜਾ ਆਪਸ਼ਨ ਲਾਈਨ ਦੇ ਨਾਲ ਨਾਲ ਤੁਹਾਡੇ ਜੋ ਜੇ ਬੈਗ ਲਾਤੀ ਲਾਈਨ ਦੇ ਨਾਲ ਨਾਲ ਰਾਹ ਬਣਾ ਉਹ ਪੁੱਛਦੇ ਆ ਵੀ ਲਾਈਨਾਂ ਦੇ ਨਾਲ ਨਾਲ ਜਗ੍ਹਾ ਰਾਹ ਹੈਗਾ ਉਹ ਰਾਹ ਬਣ ਸਕਦਾ ਜੋ ਖੁੱਲ ਜੇ ਬਜਾਏ ਉਧਰ ਦੀ ਉਹ ਚੱਲ ਜੂ ਫਿਰ ਉਹਨਾਂ ਕੀ ਇਤਰਾਜ਼ ਹੋਵੇ ਕੋਈ ਨਾਲ ਲੈ ਕੇ ਅਸਲ ਦੇ ਵਿੱਚ ਸੁਖਬੀਰ ਬਾਦਲ ਨੂੰ ਇਮਾਨਦਾਰੀ ਪਸੰਦ ਉਹਨੂੰ ਪਸੰਦ ਆ ਮਾਫੀਆ ਤੰਤਰ ਉਹਨੂੰ ਪਸੰਦ ਆ ਜਿਹੜਾ ਬੇਈਮਾਨ ਬੰਦਾ ਹੋਵੇ ਉਹ ਸੋ ਨਵਜੋਤ ਸਿੱਧੂ ਦੇ ਨਹੀਂ ਨਵਜੋਤ ਸਿੱਧੂ ਦੀ ਇਮਾਨਦਾਰੀ ਦੇ ਉਪਾਸ਼ਕ ਉਹ ਸਲੂਟ ਕਰਦੇ ਆ ਉਹਦੀ ਇਮਾਨਦਾਰੀ ਮੈਂ ਤਾਂ ਬੜੀ ਵਾਰੀ ਕਿਹਾ ਵੀ ਉਹ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਹੈ ਅਤੇ ਜਿਹੜੀ ਗੱਲ ਸੁਖਬੀਰ ਬਾਦਲ ਨੇ ਕਹੀ ਉਹਦਾ ਡਰ ਫਰਸਟ੍ਰੇਟ ਹੋਇਆ ਹੋਇਆ ਟੋਟਲ ਉਹ ਡਰ ਦੇ ਵਿੱਚ ਅਵਲੀਆਂ ਟਵਲੀਆਂ ਮਾਰ ਰਿਹਾ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਮੈਂ ਕੀ ਬੋਲ ਰਿਹਾ ਮੈਂ ਕਿਹੜੇ ਅਹੁਦੇ 'ਤੇ ਹੈਗਾ ਕਿਹੜਾ ਅਹੁਦਾ ਛੱਡ ਕੇ ਆਇਆ ਅਕਾਲੀ ਦਲ ਦਾ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਐਸੀ ਸਟੇਟਮੈਂਟ ਦੇਵੇ ਫਰਸਟ੍ਰੇਸ਼ਨ ਆ ਇਹਦੇ ਪਿੱਛੇ ਸੋ ਅਸੀਂ ਤਾਂ ਇਹ ਗੱਲ ਕਹਿਣ ਨੂੰ ਅਸੀਂ ਕਦੇ ਲੁਕੋ ਕੇ ਨਹੀਂ ਗੱਲ ਕਹੀ ਕਿ ਜੇ ਨਵਜੋਤ ਸਿੱਧੂ ਜਿਨ੍ਹਾਂ ਦੇ ਕੋਲ 42-43 MLA ਦਾ ਸਮਰਥਨ ਹੈਗਾ ਜੇ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਓਨੈਸਟ ਅਸੀਂ ਉਹਨਾਂ ਨੂੰ ਜ਼ਰੂਰ ਸੈਕੰਡ ਕਰਾਂਗੇ ਸਪੋਰਟ ਕਰਾਂਗੇ ਉਹਨਾਂ ਨੂੰ ਜੇ ਉਹ ਬਣਨਾ ਚਾਹੁੰਦੇ ਆ ਕਿਉਂਕਿ ਮੈਂ ਫਿਰ ਕਹਿ ਰਿਹਾ ਕਿ ਨਵਜੋਤ ਸਿੱਧੂ ਜਾਂ ਕਾਂਗਰਸ ਲਈ ਨਹੀਂ ਨਵਜੋਤ ਸਿੱਧੂ ਦੀ ਇਮਾਨਦਾਰੀ ਵਾਸਤੇ ਸੋ ਜਿਹੜਾ ਸੁਖਬੀਰ ਬਾਦਲ ਜੀ ਉਹ ਇਹ ਉਹਨਾਂ ਦਾ ਡਰ ਹੈਗਾ ਇੱਥੋਂ ਇਸ ਡਰ ਤੋਂ ਇੱਕ ਗੱਲ ਸਾਫ਼ ਅਤੇ ਸਪਸ਼ਟ ਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਬਾਦਲਾਂ ਦੀ ਕਿਵੇਂ ਘਿਓ ਖਿਚੜੀ ਪ੍ਰੋਗਰਾਮ ਹੋਇਆ ਪਿਆ ਜਿੰਨੀ ਦੇਰ ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਕੁਰਸੀ 'ਤੇ ਆ ਅਤੇ ਦੋਨੇ ਹੀ ਬਲੂੰਗੜੇ ਤਿੰਨੇ ਹੀ ਜਾਣੇ ਜਿਹੜੇ ਆ ਬਾਦਲ ਅਤੇ ਮਜੀਠੀਏ ਹੋਣੀ ਉਹਦੀ ਕੁਰਸੀ ਥੱਲੇ ਲੁਕੇ ਹੋਏ ਆ 10 ਸਾਲਾਂ ਦੀਆਂ ਠੱਗੀਆਂ ਠੋਰੀਆਂ ਅਤੇ ਬੇਈਮਾਨੀਆਂ ਮਾਫੀਆ ਦਾ ਹਿਸਾਬ ਕਿਤਾਬ ਨਹੀਂ ਨਾ ਪੁੱਛਦਾ ਕੈਪਟਨ ਅਮਰਿੰਦਰ ਕਿਉਂਕਿ ਰਲੇ ਹੋਏ ਆ ਸੁਖਬੀਰ ਬਾਦਲ ਦੀ ਸਟੇਟਮੈਂਟ ਨੇ ਜਿਹੜੀ ਅਸੀਂ ਗੱਲ ਕਹਿੰਦੇ ਸੀ ਉਹਨੂੰ ਤਸਦੀਕ ਕਰਤਾ ਨੱਥਾ ਸਿੰਘ ਅਤੇ ਪ੍ਰੇਮ ਸਿੰਘ ਵਨ ਐਂਡ ਦਾ ਸੇਮ ਇਹ ਇੱਕੋ ਹੀ ਚੀਜ਼ ਨੇ ਇੱਕ ਦੂਜੇ ਨੂੰ ਸ਼ੈਲਟਰ ਕਰਦੇ ਆ ਨਵਜੋਤ ਸਿੱਧੂ ਤੋਂ ਬੈਂਸ ਤੋਂ ਆਮ ਆਦਮੀ ਪਾਰਟੀ ਉਹਨਾਂ ਤੋਂ ਡਰ ਨਹੀਂ ਲੱਗਦਾ ਉਹਨਾਂ ਦੀ ਇਮਾਨਦਾਰੀ ਤੋਂ ਡਰ ਲੱਗਦਾ ਲੱਗਦਾ ਕਿ ਜਿੱਦਾਂ ਉਹ ਕਹਿ ਰਹੇ ਕਿ ਆਮ ਆਦਮੀ ਪਾਰਟੀ 'ਚ ਆਉਣਗੇ ਸਿੱਧੂ ਸਾਹਿਬ ਕੁਛ ਹੈ ਨਹੀਂ ਅਸੀਂ ਤਾਂ ਕਹਿੰਦੇ ਉਹ ਉੱਧਰ ਰਹਿ ਲਵੇ 42-43 MLA ਸਿੱਧੂ ਸਾਹਿਬ ਦੇ ਨਾਲ ਸਪੋਰਟ ਕਰਦੇ ਆ ਅਸੀਂ ਸਪੋਰਟ ਕਰ ਦਿਆਂਗੇ ਬਣ ਜਾਣ ਮੁੱਖ ਮੰਤਰੀ ਉਹ ਪੰਜਾਬ ਦਾ ਕੋਈ ਓਨੈਸਟ ਬੰਦਾ ਮੁੱਖ ਮੰਤਰੀ ਬਣ ਜਾਏ ਇਦੋਂ ਵੱਡੀ ਪੰਜਾਬੀਆਂ ਦੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਥੈਂਕ ਯੂ ਅੱਧੇ ਘੰਟੇ ਤੱਕ ਆਈ